ਕਿਸਾਨ ਵੀਰੋ ਇੱਕ ਨਵੀਂ ਵੀਡੀਓ ਚ ਤੁਹਾਡਾ ਸਵਾਗਤ ਹੈ ਜੀ ਅੱਜ 2 ਫਰਵਰੀ ਹੈ ਤੇ ਕੱਲ 1 ਫਰਵਰੀ ਵਾਲੇ ਦਿਨ ਆਪਣੀ ਮੀਂਹ ਪਿਆ ਸੀ ਆਪਣੇ ਏਰੀਆ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਨਹੀਂ ਪਿਆ ਨਾ ਇੱਥੇ ਆਪਣੇ ਕੋਈ ਐਂਡ ਪਈ ਆ ਮੈਂ ਮੰਨ ਸਕਦਾ ਕਿ ਇੱਧਰ ਆਪਣੇ 100 ਕਿਲੋਮੀਟਰ ਦੇ ਘੇਰੇ ਦੇ ਵਿੱਚ ਕਿਤੇ ਵੀ ਨਾ ਮਤਲਬ ਐਂਡ ਪਈ ਆ ਨਾ ਹੀ ਕਾਫੀ ਜ਼ਿਆਦਾ ਮੀਂਹ ਪਿਆ ਤੇ ਨੇਰੀ ਹੈ ਜਿਹੜੀ ਉਹ ਥੋੜੀ ਜਿਹੀ ਚੱਲੀ ਹੈ ਪਰ ਇਸ ਵਾਰ ਕਣਕਾਂ ਦਾ ਅਨੁਸਾਰ ਇਹਨੂੰ ਪਤਾ ਕਿ ਕਣਕਾਂ ਥੋੜੀਆਂ ਜਿਹੀਆਂ ਹੌਲੀਆਂ ਨੇ ਪਿਛਲੀ ਵਾਰ ਦੇ ਕਿਸਾਨ ਸਤਾਏ ਹੋਏ ਨੇ ਪਿਛਲੀ ਵਾਰ ਇਹ ਸੀ ਕਿ ਕਣਕਾਂ ਜਿਆਦਾ ਭਾਰੀਆਂ ਸੀ ਮੀਂਹ ਤਾਂ ਚਲੋ ਇਹ ਵਾਲੀ ਦਿਨਾਂ ਤੋਂ ਬਾਅਦ ਇੱਥੇ ਕੋ ਕਣਕ ਨਹੀਂ ਡਿੱਗਦੀ ਹੁੰਦੀ ਪਰ ਜਿਹੜੀਆਂ ਭਾਰੀਆਂ ਕਣਕਾਂ ਉਹ ਇੱਥੇ ਵੀ ਡਿੱਗ ਜਾਂਦੀਆਂ ਇੱਥੇ ਕਣਕ ਦਾ ਦੋਰਾ ਨੁਕਸਾਨ ਹੁੰਦਾ ਇਹਦੇ ਨਾਲ ਕੀ ਹੁੰਦਾ ਕਿ ਹਾਂ ਮਤਲਬ ਕਣਕ ਗੋਡਿਆਂ ਭਾਰਤਾਂ ਜ਼ਰੂਰ ਹੋ ਜਾਂਦੀ ਆ ਪਰ ਇੰਨਾ ਜ਼ਰੂਰ ਹੈ ਕਿ ਉਹਦਾ ਜਿਹੜਾ ਵਿੱਚੋਂ ਛਿੱਟਾ ਨਿਕਲਣਾ ਉਹਦਾ ਸਾਈਜ਼ ਛੋਟਾ ਹੋ ਜੂਗਾ ਜਾਂ ਉਹ ਮਤਲਬ ਟੇਢਾ-ਮੇਢਾ ਬਾਹਰ ਆਊਗਾ ਦਾਣਾ ਪੂਰੀਆਂ ਮੱਖੀਆਂ ਨਹੀਂ ਬਣਾਊਗਾ ਨੁਕਸਾਨ ਤਾਂ ਡਿੱਗੀ ਚੀਜ਼ ਦਾ ਹੋਣਾ ਹੀ ਹੋਣਾ ਪਰ ਇਸ ਵਾਰ ਕਣਕਾਂ ਥੋੜੀਆਂ ਜੀਆਂ ਬਚ ਗਈਆਂ ਤਾਂ ਕਰਕੇ ਬਚੀਆਂ ਕਿ ਕਿਸਾਨ ਵੀਰਾਂ ਨੇ ਇਸ ਵਾਰ ਯੂਰੀਆ ਜਿਹੜੀ ਉਹ ਬਹੁਤ ਘੱਟ ਪਈ ਆ ਇਹ ਕਣਕਾਂ ਦੇ ਹੁਣ ਤੁਸੀਂ ਰੰਗ ਦੇਖੋ ਆਪਣਾ ਵੀ ਪਹਿਲਾਂ ਇਰਾਦਾ ਸੀ ਇਹ ਮਤਲਬ ਤੁਸੀਂ ਮੰਨ ਸਕਦੇ ਹੋ ਕਿ ਡੇਢ ਜਾਂ ਪੌਣੇ 2-2 ਬੈਗ ਆਪਾਂ ਯੂਰੀਆ ਦੇ ਪਾਏ ਦੇ ਸਾਰੇ ਖੇਤਾਂ ਵਿੱਚ ਮੈਂ ਆਹੀ ਖੇਤ ਨਹੀਂ ਤੁਹਾਨੂੰ ਦੱਸ ਰਿਹਾ ਇਹ ਅਗਲੀਆਂ ਦਾ ਇਹਦਾ ਰੰਗ ਥੋੜਾ ਜਿਆਦਾ ਕਾਲਾ ਇਹ ਕੀਤਾ ਤੇ ਜਿਹੜੇ ਇਹ ਵਾਲੀ ਮੋਟਰ ਤੇ ਜਿਹੜੇ 2 ਕਿਲੇ ਲੱਗਦੇ ਆ ਇਹਨਾਂ ਦਾ ਰੰਗ ਮਤਲਬ ਇਹ ਮੀਂਹ ਦੇ ਨਾਲ ਕਾਫੀ ਜਿਆਦਾ ਕਾਲਾ ਪੂਰਾ ਇਹਨਾਂ ਐਵੇਂ ਹੋ ਗਿਆ ਜਿੱਦਾਂ ਆਪਾਂ ਜਾਂ ਫੰਗੀਸਾਈਡ ਕੀਤਾ ਹੋਏ ਤੇ ਜਾਂ ਆਪਾਂ ਕੋਈ ਹੋਰ ਸਪਰੇਅ ਕੀਤੀ ਹੋਏ ਪਰ ਸਪਰੇਅ ਆਪਾਂ ਕੋਈ ਨਹੀਂ ਕੀਤੀ ਅਜੇ ਤੱਕ ਤੇ ਨਾ ਹੀ ਹੁਣ ਕਰਾਂਗੇ ਕਣਕ ਦੇ ਰੰਗ ਪੰਗ ਦੇਖ ਕੇ ਇੱਕ ਕਰਨੀ ਸੀ 13045 ਦੀ ਪਰ ਇਸ ਵਾਰ ਆਪਾਂ ਉਹ ਵੀ ਨਹੀਂ ਕਰਨੀ ਪਿਛਲੀ ਵਾਰੀ ਵੀ ਨਹੀਂ ਸੀ ਕੀਤੀ ਹਾਂ ਇਹ ਹੈ ਕਿ ਇੱਕ ਦੋ ਵਾਰੀ ਕਰਕੇ ਦੇਖੀਏ ਰਿਜ਼ਲਟ ਉਹਦਾ ਸੋਨਾ ਮਿਲ ਜਾਂਦਾ ਪਰ ਆਪਣੇ ਨਾਂ ਵੀ ਕਰੋ ਤੇ ਫਿਰ ਵੀ ਆਪਣਾ ਸਰ ਜਾਂਦਾ ਜਿਹੜੇ ਕਿਸਾਨ ਵੀਰ ਕਹਿੰਦੇ ਸੀ ਕਿ ਦਾਣੇ ਅੱਗੋਂ ਮਤਲਬ ਨੋਕਾਂ ਜਿਹੜੀਆਂ ਇਹ ਬੂਟੇ ਦੀਆਂ ਉਹ ਮਚੀਆਂ ਹੋਈਆਂ ਨੇ ਪੀਲੀਆਂ ਪਈਆਂ ਹੋਈਆਂ ਨੇ ਇਹ ਦੇਖੋ ਤੁਸੀਂ ਇਹ ਕਣਕ ਉਹੀ ਹੈ ਨਾ ਜਿੱਥੇ ਇੱਕ ਦਿਨ ਮੈਂ ਵੀਡੀਓ ਬਣਾਈ ਸੀ ਤੇ ਮੈਂ ਤੁਹਾਨੂੰ ਅਗਲੀ ਕਣਕ ਵੀ ਦਿਖਾ ਦਨਾਂ ਆ ਵੀ ਕਣਕ ਤੁਸੀਂ ਦੇਖ ਸਕਦੇ ਹੋ ਇਹ ਉਹੀ ਹੈ ਜਿਹੜੀ ਇਹ ਮੋਟਰ ਤੇ ਆ ਦੋ ਕਿੱਲੇ ਜਿੱਥੇ ਮੈਂ ਜਾਦਾ ਵੀਡੀਓ ਬਣਾਣਾ ਤੇ ਆਪਣੇ ਤੁਸੀਂ ਦੇਖ ਸਕਦੇ ਹੋ ਇਹਦਾ ਰੰਗ ਵੀ ਐਨ ਪੂਰਾ ਕਾਲਾ ਜਿਹਨੂੰ ਆਪਾਂ ਕਹਿ ਸਕਦੇ ਆ ਜਿਹੜੀਆਂ ਕਣਕਾਂ ਇੱਕੋ ਦਿਨ ਬਜਾਈ ਸੀ ਇਹ ਦੋਨੋਂ ਕਣਕਾਂ ਹਾਂ ਵੈਰਾਈਟੀ ਵੱਖੋ ਵੱਖ ਹੈ ਇਹ 3086 ਹੈ ਤੇ ਉਹ ਆਪਣੀ ਸ਼ਾਇਦ 826 ਆ ਉਹਦਾ ਮੈਨੂੰ ਪੱਕਾ ਨਹੀਂ ਪਤਾ ਕਿਹੜੀ ਹੈ ਪਰ ਹਾਂ ਉਹ ਨਵਾਂ ਕੋਈ ਬੀਜ ਆ ਤੇ ਇਹ ਆਪਣਾ ਬੀਜ ਪੁਰਾਣਾ 3086 ਹੈ ਕਿਉਂਕਿ ਇੱਥੇ ਆਪਾਂ ਹਰ ਸਾਲ ਨਵਾਂ ਬੀਜ ਲਾਉਂਦੇ ਰਹੇ ਸੀ ਕਿ ਮਗੀ ਤਜਰਬਾ ਹੋ ਜਾਂਦਾ ਪਰ ਤਜਰਬਾ ਹਮੇਸ਼ਾ ਹੀ ਫੇਲ ਹੋਇਆ ਜਿਹੜਾ ਵੀ ਬੀਜ ਲਾਇਆ ਉਹਨੇ ਆਪਾਂ ਨੂੰ ਧੋਖਾ ਹੀ ਦਿੱਤਾ ਸਿਰਫ 30680 ਹੁਣ ਤੱਕ ਆਪਣੀ ਜ਼ਮੀਨ ਦੇ ਵਿੱਚ ਖੜਾ ਆ ਉਹਦਾ ਝਾੜ ਆਣ ਮਤਲਬ ਜੇ ਤੁਹਾਨੂੰ ਜਿਆਦਾ ਤਾਰਕੇ ਨਹੀਂ ਜਾਊਗਾ ਤੇ ਤੁਹਾਨੂੰ ਡੋਬਕੇ ਵੀ ਨਹੀਂ ਜਾਂਦਾ ਤੇ ਬਾਕੀ ਜੇ ਮੈਂ ਗੱਲ ਕਰਾਂ ਡੀਬੀਡਬਲਯੂ 187 222 303 ਇਹ ਵੈਰਾਈਟੀਆਂ ਪੂਰੇ ਪੰਜਾਬ ਦੇ ਵਿੱਚ ਫੇਲ ਹੋ ਚੁੱਕੀਆਂ ਏਸ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਇਹਨਾਂ ਦਾ ਬੀਜ ਬਹੁਤ ਘੱਟ ਵਿਕਿਆ ਅਜੇ ਉਹਨਾਂ ਨੇ ਮਤਲਬ ਬੀਜ ਉਹਨਾਂ ਕਿਸਾਨ ਵੀਰਾਂ ਨੇ ਲਿਆ ਜਿਨ੍ਹਾਂ ਨੇ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ YouTube ਤੇ ਹੁਣ ਆਏ ਆ ਜਾਂ ਇਹ ਤੋਂ ਕੋਈ ਜਾਂ YouTube ਜਾਂ Facebook ਤੇ ਇਹ ਤੋਂ ਕੋਈ ਮਤਲਬ ਪਿਛਲੇ ਸਾਲ ਆਏ ਆ ਉਹਨਾਂ ਨੇ ਮੰਨਿਆ ਕਿ ਹਾਂ ਵੀ ਇੰਨਾ ਝਾੜੇ ਦਾ ਵੈਰਾਈਟੀ ਦਾ ਆਪਣੇ 187 ਦਾ ਜਾਂ 303 ਦਾ ਉਹ ਕਿਸਾਨ ਵੀਰਾਂ ਨੇ ਲਾਇਆ ਜਿਨ੍ਹਾਂ ਨੇ ਇੱਕ ਵਾਰੀ ਜਾਂ ਦੋ ਵਾਰੀ ਮੈਂ ਤਿੰਨ ਵਾਰੀ ਲਾ ਕੇ ਦੇਖ ਲਈ ਸਾਰੇ ਖੇਤਾਂ ਵਿੱਚ ਖੇਤ ਬਦਲ ਕੇ ਦੇਖ ਲਏ ਤਰੀਕਾ ਬਦਲ ਕੇ ਦੇਖ ਲਿਆ ਸਭ ਕੁਝ ਪਰ ਉਹ ਡੇਗਦੀ ਡੇਗਦੀ ਹੈ ਜੋ ਮਰਜ਼ੀ ਕਰ ਲੋ ਤਾਂ ਵੀ ਤੁਸੀਂ ਇਹਨੂੰ ਹੁਣ ਦੇਖੋ ਤੁਸੀਂ ਇਹਨੂੰ ਆਪਾਂ ਸਾਰੀਆਂ ਮੱਕੀ ਪੋਣੇਕ ਦੋ ਬੈਗ ਯੂਰੀਆ ਦੇ ਕਿੱਲੇ ਦੇ ਸਾਹ ਹੁਣ ਆ ਪਏ ਹੋਏ ਆ ਤੇ ਰੰਗ ਦੇਖੋ ਕਣਕ ਦਾ ਇਹ ਮੀਂਹ ਨਾਲ ਰੰਗ ਬਣਿਆ ਕਣਕ ਦਾ ਇਹ ਤੁਹਾਨੂੰ ਵੀ ਪਤਾ ਕਿ ਜਦੋਂ ਮੀਂਹ ਪੈਂਦਾ ਹੁੰਦਾ ਪਹਿਲ ਜਦੋਂ ਆਪਣੇ ਝੋਨੇ ਵੀ ਨਿਸਾਰੇ ਤੇ ਆਏ ਹੋਣ ਜਾਂ ਨਿਸਾਰਾ ਕਰ ਰਹੇ ਹੋਣ ਇੱਕ ਤਾਂ ਚਲੋ ਨੁਕਸਾਨ ਹੁੰਦਾ ਉਹਨਾਂ ਦਾ ਦੁੱਧਾ ਥੋੜਾ ਜਿਹਾ ਝੜ ਜਾਂਦਾ ਤੇ ਪਰ ਉਹ ਰੰਗ ਤੁਸੀਂ ਕਦੀ ਵੀ ਉਹੋ ਜਿਹਾ ਰੰਗ ਜਿਹੜੀ ਮਰਜ਼ੀ ਸਪਰੇਅ ਕਰ ਲੋ ਉਹੋ ਜਿਹਾ ਨਹੀਂ ਬਣਦਾ ਕਿਤੇ ਵੀ ਸੋ ਜਿਹੜੀਆਂ ਕਣਕਾਂ ਹੁਣ ਤੁਹਾਨੂੰ ਲੱਗਦਾ ਕਿ ਕਣਕਾਂ ਦੇ ਰੰਗ ਸੋਹਣੇ ਬਣ ਗਏ ਨੇ ਆ ਦੇਖੋ ਤੁਸੀਂ ਹੁਣੇ ਦੇਖਣ ਨੂੰ ਲੱਗਣ ਲੱਗ ਪਈ ਨਹੀਂ ਪੂਰੀ ਐਣ ਤੰਦਰੁਸਤ ਤੇ ਜਿਹੜੀਆਂ ਇਹਨਾਂ ਦੀਆਂ ਨੋਕਾਂ ਪੀਲੀਆਂ ਸੀ ਇੱਕੋ ਦੇਣੀ ਹਾਲਾਕਿ ਕੱਲ ਮੀਂਹ ਪਿਆ ਗਿਆ ਤੇ ਅੱਜ ਦੀ ਧੁੱਪ ਲੱਗੀ ਆ ਅੱਜ 2 ਫਰਵਰੀ ਆ ਤੇ ਇਹ ਥੋੜਾ ਜਿਹਾ ਥਾਂ ਇੱਥੇ ਤੁਸੀਂ ਕਹਿ ਸਕਦੇ ਹੋ ਕਿ ਜਦੋਂ ਆਪਾਂ ਇਹ ਸੁਪਰ ਸੀਡਰ ਨਾਲ ਬਜਾਈ ਕਰੀਦਾ ਤੇ ਨਾਲ ਦੀ ਨਾਲ ਆਪਾਂ ਨੂੰ ਲੱਗਦਾ ਕਿ ਇੱਥੇ ਮੋੜ ਦੇ ਬੀਜ ਘੱਟ ਪਿਆ ਆ ਜਾਂ ਆਪਣੀ ਇਹ ਨੁੱਕਰ ਰਹਿ ਜਾਣੀ ਆ ਘੱਟੁੱਗਣੀਆਂ ਉੱਥੇ ਆਪਾਂ ਬੀਜ ਕਈ ਵਾਰੀ ਜ਼ਿਆਦਾ ਸੁੱਟ ਦਈਦਾ ਤੇ ਉਹਦਾ ਵੀ ਨੁਕਸਾਨ ਹੀ ਨੁਕਸਾਨ ਹੁੰਦਾ ਇਹ ਦੇਖੋ ਤੁਸੀਂ ਕਣਕ ਨਸਾਰਾ ਲੈ ਰਹੀ ਐ ਇੱਤੇ 13045 ਦੀ ਸਪਰੇ ਕਰਨੀ ਸੀ ਹੁਣ ਇਹਦੇ ਤੇ ਕੋਈ ਸਪਰੇ ਨਹੀਂ ਕਰਨੀ ਰੰਗ ਤਾਂ ਦੇਖਣ ਵਾਲਾ ਕਣਕ ਦਾ ਸੋ ਤੁਸੀਂ ਵੀ ਆਪਣੀ ਕਣਕ ਦਾ ਰੰਗ ਟੰਗ ਦੇਖ ਕੇ ਜੇ ਤੁਹਾਨੂੰ ਲੱਗਦਾ ਕਿ ਉਹ ਜੇ ਦੱਬੀ ਜੀ ਹੋਈ ਜਾਂ ਕੋਈ ਚੀਜ਼ ਦੀ ਘਾਟ ਹੋਈ ਉਹਦੇ ਤੇ ਉਹਨੇ ਤੁਹਾਨੂੰ ਆਪਣੇ ਆਪ ਹੀ ਦੱਸ ਦੇਣਾ ਸੋ ਤੁਸੀਂ ਉਹਦਾ ਖਿਆਲ ਨਾ ਕਰੋ ਕਣਕ ਨੇ ਆਪਣਾ ਖਿਆਲ ਆਪਣੇ ਆਪ ਹੀ ਰੱਖ ਲੈਣਾ ਤੁਸੀਂ ਬਸ ਇੰਨੀ ਕੁ ਮਿਹਰ ਕਰਨੀ ਹੈ ਕਿ ਕਣਕ ਨੂੰ ਥੋੜਾ ਜਿਹਾ ਆਪਾਂ ਟਾਈਮ ਦੇ ਦਈਏ ਇਹ ਅੱਜ ਦੀ ਧੁੱਪ ਇੱਕ ਲੱਗੀ ਆ ਤੇ ਇਹਦੇ ਤੋਂ ਬਾਅਦ ਇੱਕ ਦੋ ਧੁੱਪਾਂ ਜੇਕਰ ਹੋਰ ਲੱਗੀਆਂ ਇਦਾਂ ਹੀ ਮੌਸਮ ਨਾ ਖਰਾਬ ਹੋਇਆ ਤੇ ਤੁਹਾਡੀਆਂ ਕਣਕਾਂ ਬਣ ਜਾਣੀਆਂ ਕਣਕਾਂ ਅਨਸਾਰੀ ਲਈ ਬਾਹਰ ਆ ਜਾਣੀਆਂ ਸਭ ਕੁਝ ਹੋ ਜਾਣਾ ਫਿਰ ਤੁਸੀਂ ਭਾਵੇਂ ਕੋਈ ਜੇਕਰ ਵੀ ਪੀਲੀ ਪੂੰਗੀ ਲੱਗੇਗੀ ਤੇਲਾ ਤੇਲਾ ਲੱਗਣਾ ਹੁਣ ਜ਼ਰੂਰ ਤੇਲੇ ਦਾ ਖਿਆਲ ਥੋੜਾ ਜਿਆ ਰੱਖਿਓ ਤੇਲਾ ਜ਼ਰੂਰ ਲੱਗੇਗਾ ਉਹਦੀ ਤੁਸੀਂ ਸਪਰੇਅ ਕਰ ਦੇਣੀ ਆ ਬਾਕੀ ਤੁਸੀਂ ਉਹਨਾਂ ਦੇਖ ਹੀ ਲੋ ਹੋਰ ਮੈਂ ਕੋਈ ਗੱਲ ਨਹੀਂ ਕਰਨੀ ਬਾਕੀ ਤੁਹਾਡੇ ਨਾਲ ਕੱਲ ਥੋੜੀ ਜੀ ਜਾਣਕਾਰੀ ਸਾਂਝੀ ਕਰਾਂਗੇ ਸੋ ਧੰਨਵਾਦ ਜੀ